ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਹੁਤ ਬਹੁਤ ਸਵਾਗਤ ਕਰਦਾ ਆਪਣੇ ਯੂਟਿਊਬ ਚੈਨਲ 'ਤੇ ਅਤੇ ਮੈਂ ਘਰੋਂ ਵਲੋਗ ਸਟਾਰਟ ਨਹੀਂ ਕੀਤਾ ਕਿਉਂਕਿ ਮੈਂ ਇਸ ਵਕਤ ਆਇਆ ਨਾਨਕੇ ਪਿੰਡ ਅਤੇ ਇੱਥੋਂ ਸਾਡੇ ਘਰ 'ਚ ਹੈਗਾ ਅਰਾਊਂਡ 40 ਕਿਲੋਮੀਟਰ ਮਤਲਬ 40 ਅਤੇ ਹੁਣ ਇੱਥੋਂ ਆਪਾਂ ਮੋਟਰਸਾਈਕਲ ਦਾ ਟਾਇਰ ਠੀਕ ਕਰਾਉਣਾ ਹੈ ਅਤੇ ਇਹੋ ਜ਼ਰੂਰੀ ਕੰਮ ਮੈਂ ਆਇਆ ਵਾਂ ਇੱਥੇ ਅਤੇ ਟਾਇਰ ਠੀਕ ਕਰਾਉਣ ਚੱਲੇ ਹਾਂ ਅਗਲਾ ਨਵਾਂ ਪਾਉਣਾ ਵਾ ਸੋ ਚੱਲਦੇ ਹਾਂ ਵੈਲ ਸੋ ਵਿਦ ਗਾਈਜ਼ ਆਮ ਵਲੌਗਸ ਬੈਕ ਹਿਅਰ ਯਾਰ ਦੁਕਾਨ 'ਤੇ ਖੜਾ ਤਾਂ ਕਰਤਾ ਵੀ ਜੁਗਾੜ ਲਾ ਕਰਕੇ ਪਿੱਛਾ ਯਾਰ ਜਿੱਦਾਂ ਕਿ ਵੇਖਦਾ ਟਾਇਰ ਤਾਂ ਪਵਾ ਲਿਆ ਹੁਣ ਮੈਂ ਅਤੇ ਹੁਣ ਮੈਂ ਚੱਲਾਂ ਵਾ ਘਰੇ ਘਰੇ ਤਾਂ ਮੈਂ ਭਾਈ ਨੇ ਟਿਊਬ ਟਿਆਬ ਰੱਖ ਲਈ ਸਾਰਾ ਕੁਛ ਅਤੇ ਹੁਣ ਮੈਂ ਘਰੇ ਜਾਂਦਾ ਅਤੇ ਫਿਰ ਤੁਹਾਨੂੰ ਮਿਲਦਾ ਲਾ ਦੇ ਜ਼ੋਰ ਸ਼ੇਰਾ ਲਾ ਦੇ ਲਾ ਦੇ ਚੁੱਕਣ ਤਾਂ ਮੈਨੂੰ ਰੱਖਿਆ ਇਹਨੇ ਚੱਲ ਚੱਲ ਭਰ ਕੇ ਬੂਥਾ ਤਾਂ ਤੱਕ ਤੈਨੂੰ ਮੈਨੂੰ ਦਿਆ ਚੁਕਾਉਣ ਚੁੱਕ ਇਹਨੂੰ ਚੁੱਕ ਲੈ ਕੇ ਜਾ ਮੈਂ ਰੱਖ ਜਾਣਾ ਕਿੱਦਾਂ ਮੈਂ ਲਾਉਣਾ ਮੋਟਰਸਾਈਕਲ ਫੜਾ ਇੱਧਰ ਕੱਢ ਬੱਤੀ ਉੱਤਰ ਗਈ ਯਾਰ ਇੱਥੇ ਜਿਹੜਾ ਆਉਣ ਦਾ ਮਕਸਦ ਇੱਥੇ ਸਾਡੇ ਮਾਮੇ ਦਾ ਹੁੰਦਾ ਸੀ ਪੁਰਾਣਾ ਘਰ ਅਤੇ ਹੁਣ ਨੀਹਾਂ ਮਤਲਬ ਨੀਂਹ ਰੱਖਣੀ ਸੀ ਅੱਜ ਘਰ ਦੀ ਅਤੇ ਤੁਹਾਨੂੰ ਸਾਰਾ ਅੱਜ ਵੇਖ ਵੇਖ ਸਕਦੇ ਤੁਸੀਂ ਮੈਂ ਤੁਹਾਨੂੰ ਵਿਖਾਉਂਦਾ ਹੁਣ ਇੱਥੇ ਪਹਿਲਾਂ ਘਰ ਹੁੰਦਾ ਸੀ ਸਾਰਾ ਮਤਲਬ ਕਿ ਬੱਲੀਆਂ ਵਾਲਾ ਜਿਹੜਾ ਹੁੰਦਾ ਜਿਹਨੂੰ ਕਹਿ ਸਕਦੇ ਆਪਾਂ ਕੱਚੀਆਂ ਕੱਚੇ ਲੈਂਟਰ ਵਾਲਾ ਹੈ ਨਾ ਉਹ ਵਾਲਾ ਇੱਥੇ ਘਰ ਹੀ ਤਾਂ ਹੁਣ ਇੱਥੇ ਬਣਨ ਲੱਗਾ ਨਵਾਂ ਘਰ ਵਾਹਵਾ ਪੁਰਾਣਾ 20-30 ਸਾਲ ਪਹਿਲਾਂ ਤਾਂ ਚਲੋ ਪੰਜ ਹੋ ਗਿਆ ਘਰੋਂ ਕੱਢ ਕੇ ਖਾਣੇ ਲੈ ਗੜਾਈਆਂ ਅੱਜ ਹੈਗੀ 26 ਦਸੰਬਰ ਅਤੇ ਅੱਜ ਮਹੀਨੇ ਦਾ ਅਤੇ ਸਾਲ ਦਾ 2021 ਦਾ ਲਾਸਟ ਸੰਡੇ ਆ ਅਤੇ ਨੀਂਹ ਰੱਖੀ ਗਈ ਹੈ ਅਤੇ ਬਸ ਹੁਣ ਇੱਥੋਂ ਜਾਣ ਦੀ ਤਿਆਰੀ ਆ ਘਰੇ ਸ਼ੇਰੂ ਵੀ ਇਕੱਲਾ ਆ ਅਤੇ ਜਾਣਾ ਪੈਣਾ ਵਾ ਸੋ ਵੇਖਦੇ ਹੁਣ ਕਦੋਂ ਜਾਂਦੇ ਵੈਸੇ ਜਾਣ ਹੀ ਵਾਲੇ ਹੁਣ ਦੇਹੀ ਮੰਮੀ ਕਹਿਣ ਚੱਲੀਏ ਸੋ ਚੱਲਦੇ ਅਤੇ ਯਾਰ ਮੈਂ ਘਰੇ 'ਤੇ ਆ ਗਿਆ ਵਾਂ ਅਤੇ ਹੁਣ ਵਲੋਗ ਬੰਦ ਕਰਦਾ ਮੈਂ ਸੋ ਮਿਲਦੇ ਹਾਂ ਨੈਕਸਟ ਵਲੌਗ ਦੇ ਸਟਿਲ ਐਂਡ ਟੇਕ ਕੇਅਰ ਬਾਏ ਅਤੇ ਜਿਹੜੇ ਚੈਨਲ 'ਤੇ ਨਵੇਂ ਚੈਨਲ ਸਬਸਕ੍ਰਾਈਬ ਕਰ ਦਿਓ ਪਹਿਲਾਂ ਆਇਕਨ ਨੂੰ ਦਬਾ ਲਓ ਤਾਂ ਕਿ ਜਦੋਂ ਮੇਰੇ ਲੇਟੈਸਟ ਵਲੌਗ ਹੈ ਤੁਹਾਨੂੰ ਪਤਾ ਲੱਗ ਜਾਏ ਸੋ ਬਾਏ ਠੰਡ ਬੜੀ ਯਾਰ ਥੱਲੇ ਚੱਲੀਏ ਅੱਜ ਸਵੇਰ ਦੀ ਧੁੱਪ ਨਹੀਂ ਨਿਕਲੀ ਥੱਲੇ ਚੱਲਦੇ ਹਾਂ ਬਸ